पवित्र नगरी सुल्तानपुर लोधी दे कणी आबादी वाले मोहल्ला दीवाना विच अज चोरां वल्लों चिट्टे दिन एक घर दे विच चोरी दी वारदात नूं अंजाम दित्ता गया। यह चोरी दिन दिहाड़े कीती गई है जद घर दे मालक दीपक जोशी अते उनां दी पत्नी अपने काम ते गए हुए सन। चोरां वल्लों घर दे विच सोने दे गहने नकदी अते मोबाइल फोन तक चोरी कर ले गए। चोरे ने बेखौफ सन कि उनां ने सुल्तानपुर लोधी दे कदी आबादी वाले मोहाले विच दिन दिहाड़े चोरी दी इस घटना नूं अंजाम दित्ता। इस घटना तो बाद सुल्तानपुर लोधी दे आम लोकां विच वी सहम दा माहौल है। इस मौके सुल्तानपुर लोधी दे कौंसलर तेजवंत सिंह ने ज्यादा जानकारी दिंदे हुए दस्या कि पुलिस दी लापरवाही कारण ही चोरां दे हौसले बुलंद हुए हन। उना नाल ही प्रशासन दे उच्च अधिकारियां कोल अपील कीती कि पुलिस नू पवित्र नगरी सुल्तानपुर लोधी विच सख्ती करन दी जरूरत है। जिक्रयोग है कि कुछ दिन पहला भी सुल्तानपुर लोधी दे मोहालिया विचों दिन दिहाड़े ही मोटरसाइकिल चोरी होण दी घटनावां आम हुंदियां रहिंदियां हन। जरूरत है सुल्तानपुर लोधी दी पुलिस नू इस वल ध्यान देण दी तां जो नू ठल पाई जा सके। दूजे पासे पुलिस दी टीम वल्लों मौके ते आके रटी रटाई गल कही गई कि तफ्तीश जारी है, पर इस चोरी दी घटना तो बाद सुल्तानपुर लोधी दे आम लोकां विच किते ना किते चोरां दी दहशत दा माहौल है। पत्रकार गौरव मड़िया दी विशेष रिपोर्ट कपूरथला। मेरा नाम दीपक जोशी है जी, मला टकसाली आ रहण वाला सुल्तानपुर दा जी। ते मैं जदों सवेरे अपने वाइफ नूं 10 बजे जॉब ते छड्ड के ते मैं अपने जॉब ते चले गया। उस तों बाद जदों मैं अपने घरे आया जॉब तों ते आ के वाइफ ने दरवाजा खोलिया हैगा, दरवाजा खोल के उन्होंने देखिया कि अंदर आ के आ अपना टुटा होया हैगा इत्थों बारी दा। ਉਹ ਕਮਰਾ ਖੋਲ ਕੇ ਅੰਦਰੋਂ ਜਿੰਨਾ ਗੋਲਡ ਸੀਗਾ ਸਾਰਾ ਗੋਲਡ ਨਾਲ ਆਪਣਾ ਜਿਹੜਾ ਅੰਦਰ ਜਿੰਨਾ ਕੈਸ਼ ਪਿਆ ਸੀ ਸਾਰਾ ਕੈਸ਼ ਮੋਬਾਈਲ ਮੇਰਾ ਚੱਕ ਕੇ ਲੈ ਗਏ ਹੈਗੇ ਆ। ਹੋਰ ਅੰਦਰ ਨੂੰ ਦੇਖਦੇ ਆਪਣਾ ਕੀ ਆਪਣਾ ਅੰਦਰੋਂ ਸ਼ਾਰਟ ਹੈਗਾ। ਕਿੰਨੇ ਕੁ ਦਾ ਨੁਕਸਾਨ ਹੋ ਜਾਂਦਾ ਅੰਦਾਜ਼ਾ? ਹੁਣ ਭਾਜੀ ਇੱਕ ਮੇਰਾ ਮੋਬਾਈਲ ਹੈਗਾ, ਵਾਈਫ ਦਾ ਗੋਲਡ ਹੈਗਾ, ਮੇਰੀਆਂ ਦੋ ਰਿੰਗ ਹੈਗੀਆਂ ਨੇ ਤੇ ਮੋਬਾਈਲ। ਬਾਕੀ ਹੁਣ ਦੇਖਦੇ ਆ ਕੀ ਹੈਗਾ ਅੰਦਰ, ਕੀ ਸ਼ਾਰਟ ਹੈਗਾ, ਕੀ ਫੋਲ ਹੈਗਾ। ਮੈਂ ਤੇਜਵੰਤ ਸਿੰਘ, ਸਾਬਕਾ ਚੇਅਰਮੈਨ, ਇੰਪਰੂਵਮੈਂਟ ਟਰੱਸਟ ਕੌਂਸਲਰ ਵੀ ਰਿਹਾ, 5 ਵਾਰ ਪ੍ਰਧਾਨ ਵੀ ਰਿਹਾ, ਨਗਰ ਕੌਂਸਲ ਵਾਈਸ ਪ੍ਰੈਜ਼ੀਡੈਂਟ ਵੀ। ਇਸ ਮਹੱਲੇ ਤੋਂ ਵੀ ਮੇਰੇ ਮੈਡਮ ਕੌਂਸਲਰ ਰਹੇ ਆ ਜਿੱਥੇ ਚੋਰੀ ਹੋਈ ਹੈ। ਔਰ ਇਹ ਦੀਪਕ ਜੋਸ਼ੀ ਜੀ ਦਾ ਘਰ ਆ, ਇਹਦੇ ਵਿੱਚ ਇਹ ਆਪ ਇੰਪਲਾਈ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਚ। ਇਹ ਘਰ ਹੈ ਨਹੀਂ ਸੀਗੇ, ਬਾਹਰ ਜਾਂਦਾ ਲੱਗਾ ਸੀ ਅਤੇ ਕੋਈ ਪਿੱਛੋਂ ਦੀ ਜਾਂ ਪਤਾ ਨਹੀਂ ਕਿਸ ਤਰ੍ਹਾਂ ਅਗਲਾ ਜਿੰਦਾ ਨਹੀਂ ਤੋੜਿਆ, ਇਹਨਾਂ ਦੇ ਘਰ ਚੋਰੀ ਹੋ ਗਈ, ਜਿਹਦੇ ਨਾਲ ਕੁਛ ਗਹਿਣਾ ਵੀ ਚਲਾ ਗਿਆ, ਕੁਛ ਕੈਸ਼ ਵੀ ਚਲਾ ਗਿਆ। ਅਜੇ ਉਹ ਵਿਚਾਰੇ ਗਰੀਬ ਪਰਿਵਾਰ ਆ, ਅਜੇ ਦੇਖਦੇ ਪਏ ਕੀ ਸਾਡਾ ਨੁਕਸਾਨ ਹੋਇਆ। ਔਰ ਇਹ ਬੜੀ ਮੰਦਭਾਗੀ ਗੱਲ ਆ, ਦਿਨੇ ਹੋਇਆ ਵਾ ਵੀ ਕੋਈ ਚਿੱਟਾ ਦਿਨ, ਜਿੱਦਾਂ ਲਾ ਲਓ 2 ਵਜੇ 2:30 3 ਵਜੇ ਦੇ ਵਿੱਚ ਤਕਰੀਬਨ ਇਹ ਚੋਰੀ ਹੋਈ ਆ। ਭਾਵੇਂ ਮਾਨ ਸਰਕਾਰ ਕਹਿ ਰਹੀ ਆ ਵੀ ਮੈਂ ਕਰ ਰਿਹਾ, ਪਰ ਲੋਕਾਂ 'ਚ ਡਰ ਅਤੇ ਡਹਿਲ ਆ, ਕਿਉਂਕਿ ਕਈ ਤਰ੍ਹਾਂ ਦੇ ਮੁਕਬਰੀਆਂ ਵੀ ਆਉਂਦੀਆਂ, ਕਈ ਵਿਚਾਰੇ ਦੱਸਦੇ ਨਹੀਂ ਗੇ। ਔਰ ਆਂਢ ਗੁਆਂਢ ਦੇ ਜਿਹੜੇ ਹੈਗੇ ਸ਼ਹਿਰ ਉਹਨਾਂ 'ਚ ਆਈਆਂ, ਸਾਡੇ ਅਜੇ ਬਚਾਅ ਆ। ਅਸੀਂ ਇਹ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਥੋੜ੍ਹਾ ਜਿਹਾ ਤੰਦਰੁਸਤ ਹੋ, ਚੁਸਤ ਹੋ ਅਤੇ ਕਮ ਸੇ ਕਮ ਇਹ ਮਹੱਲਿਆਂ 'ਚ, ਸਾਰਿਆਂ ਮਹੱਲਿਆਂ 'ਚ ਗੇੜਾ ਲੱਗੇ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੇ, ਤਾਂ ਕਿ ਚੋਰੀ ਦਾ ਜਿਹੜਾ ਲੋਕਾਂ ਦੇ ਮਨ 'ਚ ਹੁਣ ਖਤਰਾ ਇੰਨਾ ਪੈ ਗਿਆ ਵੀ ਡਹਿਲ ਆ। ਹਾਲਾਤ ਜਿਹੜਾ ਸਾਰੀ ਜੋ ਚੋਰੀ ਚਾਰੀ ਹੋਈ ਆ ਸਾਰਾ ਕੁਝ ਦੇਖ ਲਿਆ ਵਾ, ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਸਟਾਕਾਂ ਦੇ ਪਿੱਛੇ ਭੇਜਿਆ ਜਾਊ। ਆਪਣੇ 14 ਬੰਦੇ ਉੱਥੇ ਭੰਗਾਲੀ ਸਾਡੇ ਜਾ ਕੇ ਠੰਡ ਕੇ ਬੈਠੇ ਆ, ਉਹ ਸਾਡੇ ਕੋਲ ਨਫਰੀ ਹੋਏ, ਤੁਸੀਂ ਆਪਣੇ ਸਾਹਿਬ ਨਫਰੀ ਦੀ ਘਾਟ ਹੋਣ ਕਰਕੇ ਬਹੁਤ ਖੁਸ਼ ਹੋ ਰਹੇ।